ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਲਗਾਤਾਰ ਉਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਥੇ ਉਹਨਾਂ ਦੇ ਮੰਤਰੀਆਂ ਨੂੰ ਅਤੇ ਮੁੱਖ ਮੰਤਰੀਆਂ ਨੂੰ ਜੇਲ੍ਹ ਦੇ ਵਿੱਚ ਕੀਤਾ ਗਿਆ ਅਤੇ ਉੱਥੇ ਹੀ ਹੁਣ ਉਹਨਾਂ ਦੇ ਇੱਕ ਮੰਤਰੀ ਨੇ ਦੁਰਗੇਸ਼ ਪਾਠਕ ਨੂੰ ਈਡੀ ਵੱਲੋਂ ਪੁੱਛਗਿੱਛ ਬੁਲਾਇਆ ਗਿਆ। ਚੋਣਾਂ ਆ ਰਹੀਆਂ ਨੇ, ਚੋਣਾਂ ਦਾ ਮੈਦਾਨ ਪੱਕ ਚੁੱਕਿਆ, ਸੋ ਇਹ ਸੱਚਮੁੱਚ ਸ਼ੱਕ ਦੇ ਘੇਰੇ 'ਚ ਜਾਂਦੀਆਂ ਇਹੋ ਜਿਹੀਆਂ ਘਟਨਾਵਾਂ। ਜਦੋਂ ਇਹ ਗੱਲ ਸਪੱਸ਼ਟ ਹੋ ਰਹੀ ਹੈ, ਜਿਹੜਾ ਦੋਸ਼ ਲਾਇਆ ਜਾ ਰਿਹਾ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਵੱਲੋਂ ਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜਾਂ ਪਾਰਟੀ ਨੂੰ ਬਲਵਿੰਦਰ ਜੀ ਉਹ ਚਾਹੁੰਦੇ ਆ ਕਿ ਚੋਣਾਂ ਤੋਂ ਦੂਰ ਰੱਖਿਆ ਜਾਵੇ। ਕਿ ਇਹ 2 ਮਹੀਨੇ ਏਜੰਸੀਆਂ ਜਿਹੜੀਆਂ ਨੇ ਉਹ ਸਲੋ ਉਹਨਾਂ ਨੂੰ ਹੋਣਾ ਚਾਹੀਦਾ ਤਾਂ ਕਿ ਸਰਕਾਰ ਦੇ ਪ੍ਰਤੀ ਨੈਗੇਟਿਵ ਮੈਸੇਜ ਨਾ ਜਾਵੇ ਕਿ ਸਰਕਾਰ ਦੇ ਉੱਤੇ ਜਿਹੜੇ ਦੋਸ਼ ਲੱਗਦੇ ਆ ਕਿ ਉਹ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਓਪੋਜੀਸ਼ਨ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਨੇ ਜਿੱਥੇ ਲੋਕ ਸਭਾ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, ਉੱਥੇ ਮਾਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਗਏ ਨੇ ਅਤੇ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। 1 ਮਹੀਨਾ ਪਹਿਲਾਂ ਉਹਨਾਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਔਰ 2 ਮਹੀਨੇ ਪ੍ਰਚਾਰ ਚਲਾਉਣਾ ਬੜਾ ਮੁਸ਼ਕਲ ਹੈ। ਇਹ ਪਾਰਟੀਆਂ ਨੇ ਵੀ ਸਵਾਲ ਉਠਾਏ ਸੀ ਕਿ ਸਾਡੇ ਲਈ 2 ਮਹੀਨੇ ਖਰਚਾ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਚੋਣ ਕਮਿਸ਼ਨ ਦੇ ਖਰਚਿਆਂ ਦੇ ਮੁਤਾਬਕ ਜਿਹੜੇ ਨਿਰਧਾਰਿਤ ਖਰਚੇ ਆ ਉਹਨਾਂ ਮੁਤਾਬਕ ਜੇ 2 ਮਹੀਨੇ ਪ੍ਰਚਾਰ ਕਰਨਾ ਪੈ ਗਿਆ ਤਾਂ ਫਿਰ ਖਰਚਾ ਬਹੁਤ ਵੱਧੇਗਾ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਜੀ ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸੀ ਅਤੇ ਉਹ ਜਦੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਹਨੇ ਕਿਹਾ ਕਿ ਅਸੀਂ ਲੋਕ ਸਭਾ ਦਾ ਉਮੀਦਵਾਰ ਅਨਿਲ ਜੋਸ਼ੀ ਨੂੰ ਲਾਣਾਂਗੇ। ਮਗਰ ਜੇ ਕਹਿੰਦੀ ਕਿ ਅਸੀਂ ਸਾਰੇ ਵੱਟ ਕਰਦੇ ਆ, ਜੇ ਤੁਸੀਂ ਇਜਾਜ਼ਤ ਦਿਓ ਕਿਉਂਕਿ ਹਲੇ ਪਾਰਟੀ ਨੇ ਐਲਾਨ ਨਹੀਂ ਹੈ ਕਿ ਸਾਡੇ ਦਿਲ ਦਾ ਐਲਾਨ ਹੈ ਕਿ ਸਾਡਾ ਕੈਂਡੀਡੇਟ ਅਨਿਲ ਜੋਸ਼ੀ ਹੋਵੇ। ਇਸ ਵਾਰ ਮੁਕਾਬਲਾ ਜਿਹੜਾ ਉਹ ਘੱਟੋ ਘੱਟ ਨਹੀਂ ਤਾਂ 4 ਕੋਣਾਂ ਤਾਂ ਹੋਏਗਾ ਹੀ ਹੋਏਗਾ ਕਿਉਂਕਿ ਅੱਗੇ ਸਿਰਫ 2 ਪਹਿਲਵਾਨ ਹੁੰਦੇ ਸੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ। ਹੁਣ ਲੋਕ ਸਭਾ ਚੋਣਾਂ ਦੇ ਵਿੱਚ 4 ਕੋਣਾ ਮੁਕਾਬਲਾ ਇਸ ਵਾਰ ਹੋਣਾ ਹੈ 2024 ਦੀਆਂ ਚੋਣਾਂ ਵਿੱਚ। ਪ੍ਰੀਖਿਆ ਦੇ ਵਿੱਚ ਬੱਚਿਆਂ ਤੋਂ ਕੜੇ ਲਹਾਲੇ ਗਏ ਸੀ ਜਿਹਦੇ ਚੱਲਦੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਨੋਟਿਸ ਲੈ ਗਏ ਅਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ। ਇਹ ਘਟਨਾ ਜਿਹੜੀ ਆ ਇਹ ਮੁਹਾਲੀ ਦੀ ਆ ਕਿਉਂਕਿ ਜਿਹੜੇ ਧਰਮ ਕੋਈ ਵੀ ਹੈ ਉਹਦੇ ਲਈ ਕੁਛ ਖੁੱਲ੍ਹਾਂ ਹੈਗੀਆਂ ਨੇ, ਜਿਵੇਂ ਸਿੱਖ ਧਰਮ ਦੇ ਵਿੱਚ ਤੁਸੀਂ ਦਸਤਾਰ ਬੰਨ੍ਹ ਸਕਦੇ ਹੋ, ਆਪਣੇ ਕਕਾਰ ਜਿਹੜੇ ਆ ਕੰਘਾ ਕੜਾ ਇਹ ਪਾ ਸਕਦੇ ਹੋ, ਕਿਰਪਾਨ ਪਾ ਸਕਦੇ ਹੋ, ਖਾਸ ਕਿਸਮ ਦੀ ਨਿਰਧਾਰਿਤ ਸਾਈਜ਼ ਦੀ ਕਿਰਪਾਨ ਹੈਗੀ ਆ। ਭਾਜਪਾ ਆਪਣਾ ਚੋਣ ਮੈਨੀਫੈਸਟੋ ਉਹ ਜਲਦੀ ਐਲਾਨ ਸਕਦੀ ਹੈ। ਕਾਂਗਰਸ ਪਾਰਟੀ ਨੇ ਇਸ਼ੂ ਕੀਤਾ ਉਹ ਕੋਈ 40 ਕੁ ਪੇਜਾਂ ਦਾ, ਆਮ ਬੰਦਾ ਨਹੀਂ ਉਹਨੂੰ ਪੜ੍ਹਦਾ, ਪ੍ਰੈਸ ਵਾਲੇ ਪੜ੍ਹਦੇ ਆ ਜਾਂ ਲੀਡਰ ਪੜ੍ਹਦੇ ਆ, ਅਤੇ ਲੀਡਰ ਵੀ ਸਾਰੇ ਨਹੀਂ ਪੜ੍ਹਦੇ, ਉਹਨਾਂ ਨੂੰ ਉਹਦਾ ਜਿਹੜਾ ਇੱਕ ਸਾਰਾਂਸ਼ ਜਿਹੜਾ ਬਰੀਫ ਕਰਕੇ ਦੇ ਦਿੱਤਾ ਜਾਂਦਾ ਜੀ, ਔਰ ਬਾਅਦ 'ਚ ਪਤਾ ਲੱਗਦਾ ਜਦੋਂ ਤੁਸੀਂ ਪੜ੍ਹਦੇ ਹੋ ਮੈਨੀਫੈਸਟੋਜ਼ ਨੂੰ ਕਿ ਮੈਨੀਫੈਸਟੋ ਵਿੱਚ ਕੀ ਲਿਖਿਆ ਹੋਇਆ। ਜਿਹੜੇ ਜਾਗਰਿਤ ਲੋਕ ਨੇ ਉਹਨਾਂ ਨੂੰ ਚਾਹੀਦਾ ਕਿ ਹਰ ਪਾਰਟੀ ਦਾ ਮੈਨੀਫੈਸਟੋ ਪੜ੍ਹਨ, ਖਾਸ ਤੌਰ 'ਤੇ ਜਿਹੜੀਆਂ ਪਾਰਟੀਆਂ ਦਾਅਵਾ ਕਰਦੀਆਂ ਨੇ ਕਿ ਅਸੀਂ ਪਾਰਟੀ ਸੱਤਾ ਦੇ ਵਿੱਚ ਆ ਰਹੇ ਹਾਂ।
ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਦੇ ਹਾਂ ਅਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ। ਵੜਾਇਆ ਚਾਹੁਣ ਦਾ ਬੜਾ ਸਵਾਗਤ ਕਰਦੇ, ਬੜਾ ਸਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਬਲਵਿੰਦਰ ਜੀ, ਤੁਹਾਡਾ ਵੀ ਸਵਾਗਤ ਹੈ, ਮੈਂ ਵੀ ਤੁਹਾਡਾ ਸਵਾਗਤ ਕਰ ਸਕਦਾ ਨਾ ਜੇ ਤੁਸੀਂ ਕਰ ਸਕਦੇ ਹੋ ਤੇ। ਜੀ ਇਹ ਤਾਂ ਹੈ, ਦਰਸ਼ਕਾਂ ਦਾ ਸਵਾਗਤ ਹੈ ਜੀ, ਸਭ ਦਾ ਸਵਾਗਤ ਹੈ ਜਿਹੜੇ ਸਹਿਯੋਗ ਕਰ ਰਹੇ ਹੋ ਜੀ। ਕਿ ਹੱਥ ਨੂੰ ਹੱਥ ਧੋਂਦਾ ਜੀ, ਇਕੱਲਾ ਹੱਥ ਆਪਣੇ ਆਪ ਨੂੰ ਧੋ ਨਹੀਂ ਨਾ ਸਕਦਾ, ਸੋ ਹੱਥ ਨੂੰ ਹੱਥ ਧੋਂਦਾ। ਸੋ ਆਪਾਂ ਇੱਕ ਦੂਸਰੇ ਦਾ, ਸਾਨੂੰ ਆਪਣੀ ਸੁਸਾਇਟੀ 'ਚ ਰਹਿੰਦਿਆਂ ਵੀ ਇੱਕ ਦੂਜੇ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਜੀ। ਚਾਹੇ ਕੋਈ ਜਾਤ ਪਾਤ ਨਹੀਂ ਵੇਖਣੀ ਚਾਹੀਦੀ, ਉਮਰ ਨਹੀਂ ਵੇਖਣੀ ਚਾਹੀਦੀ, ਇੱਕ ਦੂਜੇ ਨੂੰ ਪਿਆਰ ਦਿਓ, ਪਿਆਰ ਕਰੋ ਅਤੇ ਸਤਿਕਾਰ ਕਰੋ ਅਤੇ ਸਤਿਕਾਰ ਕਰੋ। ਤੁਹਾਨੂੰ ਯਾਦ ਹੈ ਕਿ ਬੱਸਾਂ ਦੇ ਵਿੱਚ ਜਿਹੜੇ ਸਫ਼ਰ ਕਰਦੇ ਆ ਜੀ, ਬੱਸਾਂ ਦੇ ਵਿੱਚ ਲਿਖਿਆ ਹੁੰਦਾ ਜੀ ਕਹੋ ਇੱਜ਼ਤ ਮੁਫਤ ਮਿਲੇਗੀ। ਸੋ ਇਸ ਕਰਕੇ ਪਿਆਰ ਨਾਲ ਹਮੇਸ਼ਾ ਪੇਸ਼ ਆਉਣਾ ਚਾਹੀਦਾ ਹਰਕ ਦੇ ਨਾਲ, ਤਾਂ ਕਿ ਮਾਹੌਲ ਵਧੀਆ ਬਣ ਸਕੇ। ਹਾਂਜੀ, ਸੋ ਗੱਲ ਕਰਦੇ ਹਾਂ ਜੀ ਦਿੱਲੀ ਸਰਕਾਰ ਦੀ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਲਗਾਤਾਰ ਉਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ, ਜਿੱਥੇ ਉਹਨਾਂ ਦੇ ਮੰਤਰੀਆਂ ਨੂੰ ਅਤੇ ਮੁੱਖ ਮੰਤਰੀਆਂ ਨੂੰ ਜੇਲ੍ਹ ਦੇ ਵਿੱਚ ਕੀਤਾ ਗਿਆ ਅਤੇ ਉੱਥੇ ਹੀ ਹੁਣ ਉਹਨਾਂ ਦੇ ਇੱਕ ਮੰਤਰੀ ਨੇ ਦੁਰਗੇਸ਼ ਪਾਠਕ ਨੂੰ ਈਡੀ ਵੱਲੋਂ ਪੁੱਛਗਿੱਛ ਲੈ ਗਿਆ ਜੀ। ਬਿਲਕੁਲ, ਦੁਰਗੇਸ਼ ਪਾਠਕ ਇੱਕ ਜਾਣਿਆ ਪਹਿਚਾਣਿਆ ਨਾਮ ਹੈ ਜੀ ਆਮ ਆਦਮੀ ਪਾਰਟੀ ਦੇ, ਅਤੇ ਰਜਿੰਦਰ ਨਗਰ ਤੋਂ ਉਹ MLA ਨੇ। ਔਰ ਆਮ ਆਦਮੀ ਪਾਰਟੀ ਦੇ ਜਿਹੜੀ ਨੈਸ਼ਨਲ ਇੱਕ ਐਡਵਾਈਜ਼ਰੀ ਪੋਲੀਟੀਕਲ ਐਡਵਾਈਜ਼ਰੀ ਕਮੇਟੀ ਹੁੰਦੀ ਹੈ, ਬਹੁਤ ਉਹਦਾ ਵੱਡਾ ਰੋਲ ਹੁੰਦਾ, ਉਹਦੇ 20 ਮੈਂਬਰ ਨੇ, ਅਤੇ ਨਾਲ ਦੀ ਨਾਲ ਉਹ ਇੱਕ ਨੈਸ਼ਨਲ ਟੀਮ ਬਿਲਡਿੰਗ ਹੁੰਦੀ ਹੈ ਜਿਹਦੇ ਵਿੱਚ ਕੋਈ ਵੀ ਨੈਸ਼ਨਲ ਲੈਵਲ ਦੀ ਸਟ੍ਰੈਟਜੀ ਬਣਾਉਣੀ ਹੈ ਉਹਦੇ ਉਹ ਮੈਂਬਰ ਹੈ। ਸੋ ਬਹੁਤ ਮਹੱਤਵਪੂਰਨ ਮੈਂਬਰ ਨੇ, ਉਹਨਾਂ ਨੂੰ ਅੱਜ ED ਨੇ ਜਿਹੜਾ ਉਹ ਬੁਲਾਇਆ ਜੀ। ਤੁਹਾਨੂੰ ਯਾਦ ਹੈ ਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ, ਉਹ ਜੇਲ੍ਹ ਦੇ ਵਿੱਚ ਨੇ ਦਿੱਲੀ ਸ਼ਰਾਬ ਪਾਲਿਸੀ ਦੇ ਕਥਿਤ ਕਪਲੇ ਨੂੰ ਲੈ ਕੇ। ਔਰ ਹਾਲ ਹੀ ਵਿੱਚ ਸੰਜੇ ਸਿੰਘ ਜੋ ਕਿ ਰਾਜ ਸਭਾ ਦੇ ਮੈਂਬਰ ਨੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਮਿਲ ਗਈ ਹੋਈ ਹੈ ਸੁਪਰੀਮ ਕੋਰਟ ਤੋਂ। ਲੇਕਿਨ ਇਸ ਦੇ ਨਾਲ ਹੋਰ ਵੀ ਜਿਹੜੇ ਨਾਮ ਨੇ, ਮਨੀਸ਼ ਸਿਸੋਦੀਆ ਪਿਛਲੇ ਸਾਲ 26 ਫਰਵਰੀ ਤੋਂ ਜੇਲ੍ਹ ਦੇ ਅੰਦਰ ਹੈ, ਉਹਨਾਂ ਨੂੰ ਮਨੀ ਲਾਂਡਰਿੰਗ ਦੇ ਅਤੇ ਜਿਹੜੀ ਸ਼ਰਾਬ ਪਾਲਿਸੀ ਬਣੀ ਸੀ ਉਹਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਜਿਹੜਾ ਉਹਨਾਂ ਨੂੰ ਅੰਦਰ ਕੀਤਾ ਹੋਇਆ, ਸੋ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ। ਇਸੇ ਤਰ੍ਹਾਂ ਸਤਿੰਦਰ ਜੈਨ ਹੈਲਥ ਮਿਨਿਸਟਰ ਹੈ, ਉਹ ਵੀ ਜਿਹੜੇ ਆ ਉਹ ED ਦੀ ਨਿਗਾਹ 'ਤੇ ਆ, ਅਰੈਸਟ ਹੋ ਚੁੱਕੇ ਆ, ਜੇਲ੍ਹ ਵਿੱਚ ਰਹੇ ਆ, ਸਿਹਤ ਦੀ ਕੁਝ ਸਮੱਸਿਆ ਹੋਣ ਕਰਕੇ ਉਹਨਾਂ ਨੂੰ ਕੁਝ ਸਮੇਂ ਲਈ ਜਿਹੜੀ ਆ ਉਹ ਜ਼ਮਾਨਤ ਜਿਹੜੀ ਆ ਉਹ ਮਿਲੀ ਸੀਗੀ। ਸੋ ਹੁਣ ਤਾਜ਼ਾ, ਕਿਉਂਕਿ ਉੱਤੋਂ ਚੋਣਾਂ ਆ ਰਹੀਆਂ ਨੇ, ਚੋਣਾਂ ਦਾ ਮੈਦਾਨ ਪੱਕ ਚੁੱਕਿਆ ਹੈ, ਸੋ ਇਹ ਸੱਚਮੁੱਚ ਸ਼ੱਕ ਦੇ ਘੇਰੇ 'ਚ ਜਾਂਦੀਆਂ ਇਹੋ ਜਿਹੀਆਂ ਘਟਨਾਵਾਂ, ਜਦੋਂ ਇਹ ਗੱਲ ਸਪੱਸ਼ਟ ਹੋ ਰਹੀ ਹੈ ਜਿਹੜਾ ਦੋਸ਼ ਲਾਇਆ ਜਾ ਰਿਹਾ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਵੱਲੋਂ, ਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜਾਂ ਪਾਰਟੀ ਨੂੰ, ਬਲਵਿੰਦਰ ਜੀ, ਉਹ ਚਾਹੁੰਦੇ ਆ ਕਿ ਚੋਣਾਂ ਤੋਂ ਦੂਰ ਰੱਖਿਆ ਜਾਵੇ ਜੀ। ਸੋ ਇਸ ਕਰਕੇ ਉਹਨਾਂ ਦੀ ਇਹ ਕੋਸ਼ਿਸ਼ ਹੈ, ਇਹ ਇਲਜ਼ਾਮ ਪਹਿਲਾਂ ਲੱਗਦੇ ਸੀ, ਪਰ ਹੁਣ ਕਿਉਂਕਿ ਚੋਣਾਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਅਤੇ ਚੋਣਾਂ ਦੇ ਦਰਮਿਆਨ ED ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਇਹ ਸਵਾਲ ਖੜ੍ਹੇ ਕਰਦੀ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਕਾਂਗਰਸ ਪਾਰਟੀ ਦੇ ਸਾਰੇ ਹੀ ਅਕਾਊਂਟਸ ਜਿਹੜੇ ਆ ਉਹ IT ਡਿਪਾਰਟਮੈਂਟ ਨੇ ਜਿਹੜੇ ਆ ਉਹ ਫਰੀਜ਼ ਕਰ ਦਿੱਤੇ ਸੀਗੇ, ਔਰ ਉਸ ਨੂੰ ਲੈ ਕੇ ਬਹੁਤ ਹੋ ਹੱਲਾ ਹੋਇਆ ਜੀ। ਔਰ ਉਹ ਵੀ ਇਹ ਇੰਡੀਕੇਸ਼ਨ ਕਰਦੀ ਆ ਕਿ ਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਣੀਆਂ ਵਿਰੋਧੀ ਪਾਰਟੀਆਂ ਨੂੰ
ਚੋਣਾਂ ਦੇ ਵਿੱਚ ਉਤਰਨ ਨਹੀਂ ਦੇਣਾ ਚਾਹੁੰਦੀ? ਇਹ ਸਵਾਲ ਖੜ੍ਹੇ ਕਰਦੀਆਂ ਨੇ ਵਿਰੋਧੀ ਪਾਰਟੀਆਂ, ਰਾਜਨੀਤਿਕ ਵਿਸ਼ਲੇਸ਼ਕ ਵੀ ਕਰਦੇ ਹੈਗੇ ਆ। ਔਰ ਇਸ ਦੋਸ਼ ਤੋਂ ਬਚਣ ਲਈ ਸਰਕਾਰ ਨੂੰ, ਜਿਵੇਂ IT ਡਿਪਾਰਟਮੈਂਟ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਉਹਨਾਂ ਦੇ ਖਾਤੇ ਜਿਹੜੇ ਫਰੀਜ਼ ਤਾਂ ਕੀਤੇ ਸੀਗੇ, ਪਰ ਹੁਣ ਉਹਨਾਂ 'ਤੇ ਐਕਸ਼ਨ ਜਿਹੜਾ ਉਹ ਇਲੈਕਸ਼ਨਾਂ ਦੇ ਦਰਮਿਆਨ ਨਹੀਂ ਹੋਏਗਾ, ਬਾਅਦ 'ਚ ਹੋਏਗਾ। ਤਾਂ ਕਾਰਨ ਸੀ, ਚੰਗੀ ਗੱਲ ਸੀ ਇਹ ਕਿ ਠੀਕ ਹੈ, ਇਨਕੁਆਇਰੀਆਂ ਚੱਲਦੀਆਂ ਨੇ, ਚੱਲਦੀਆਂ ਰਹਿਣ। ਪਰ ਹੁਣ ਜਦੋਂ ਇਹ 2 ਮਹੀਨੇ ਆ, ਇਹਨਾਂ 2 ਮਹੀਨਿਆਂ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੀ ਕਾਰਵਾਈ ਕਰਨੀ, ਉਹ ਬੜੇ ਵੱਡੇ ਸਵਾਲ ਖੜ੍ਹੇ ਕਰਦੀ ਹੈ। ਖਾਸ ਤੌਰ 'ਤੇ ਮੋਦੀ ਜੀ ਦੇ ਉੱਤੇ ਸਵਾਲ ਹੋਣਗੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਣ ਬੁੱਝ ਕੇ ਇਹਨਾਂ ਏਜੰਸੀਆਂ ਨੂੰ ਵਰਤਦੀ ਪਈ ਆ, ਜਦੋਂ ਕਿ ਮੋਦੀ ਜੀ ਦਾਅਵੇ ਨਾਲ ਇਹ ਗੱਲ ਕਹਿੰਦੇ ਆ ਕਿ ਇਸ ਵਾਰ ਉਹਨਾਂ ਨੇ 400 ਤੋਂ ਪਾਰ ਜਾਣਾ। ਹਰ ਪਾਰਟੀ ਦਾ ਆਪਣਾ ਹੱਕ ਹੈ, ਜਿੰਨੇ ਮਰਜ਼ੀ ਕਵੇ ਉਹ, ਚਾਹੇ 500 ਤੋਂ ਪਾਰ ਕਵੇ, ਚਾਹੇ 400 ਤੋਂ ਪਾਰ ਕਵੇ, ਕਿਉਂਕਿ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਦਾਅਵਾ ਕਰਦੀ ਆ ਕਿ ਅਸੀਂ ਜਿੱਤਾਂਗੇ ਜੀ, ਔਰ ਇਹ ਚੋਣ ਦੀ ਇੱਕ ਜਿਹੜਾ ਲੈਵਲ ਪਲੇਇੰਗ ਫੀਲਡ ਹੈਗਾ। ਸੋ ਇਸ ਕਰਕੇ ਦੁਰਗੇਸ਼ ਪਾਠਕ ਉਹਨਾਂ ਨੂੰ, ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ED ਦਾ ਸਮਨ ਨਾ ਜਾਵੇ, ਪਰ ਕਿ ਇਹ 2 ਮਹੀਨੇ ਏਜੰਸੀਆਂ ਜਿਹੜੀਆਂ ਨੇ ਉਹ ਸਲੋ ਉਹਨਾਂ ਨੂੰ ਹੋਣਾ ਚਾਹੀਦਾ ਹੈ, ਤਾਂ ਕਿ ਸਰਕਾਰ ਦੇ ਪ੍ਰਤੀ ਨੈਗੇਟਿਵ ਮੈਸੇਜ ਨਾ ਜਾਵੇ ਕਿ ਸਰਕਾਰ ਦੇ ਉੱਤੇ ਜਿਹੜੇ ਦੋਸ਼ ਲੱਗਦੇ ਆ ਕਿ ਉਹ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਓਪੋਜੀਸ਼ਨ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪਤਾ ਲੱਗ ਜਾਏਗਾ ਕਿ ਦੁਰਗੇਸ਼ ਪਾਠਕ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਉਹਨਾਂ ਨੂੰ ਵੀ ਆਪਣੇ ਦੂਸਰੇ ਸਾਥੀਆਂ ਵਾਂਗੂ ਲਗਾਤਾਰ ਅੰਦਰ ਰਹਿਣਾ ਪੈਂਦਾ ਹੈ। ਪਰ ਇਸ ਤਰ੍ਹਾਂ ਦਾ ਵੀ ਜਿਹੜੀ ਗੱਲ ਚੱਲਦੀ ਪਈ ਹੈ ਕਿ ਬਹੁਤ ਜਲਦੀ ਚੋਣਾਂ ਤੋਂ, ਦਿੱਲੀ ਦੀਆਂ ਤੋਂ ਪਹਿਲਾਂ ਹੋ ਸਕਦਾ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਜ਼ਮਾਨਤ ਮਿਲ ਜਾਵੇ, ਇਹ ਕਿਆਸ ਰਾਈ ਹੈ। ਲੇਕਿਨ ਇਹ ਹੁਣ ਡਿਪੈਂਡ ਕਰਦਾ ਅਦਾਲਤਾਂ 'ਤੇ ਕਿ ਅਦਾਲਤਾਂ ਕੀ ਸੋਚਦੀਆਂ ਜੀ। ਸੋ ਦੂਜੇ ਪਾਸੇ ਨਾਲ ਹੀ ਗੱਲ ਕਰਦੇ ਜੀ, ਆਮ ਆਦਮੀ ਪਾਰਟੀ ਨੇ ਜਿੱਥੇ ਲੋਕ ਸਭਾ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ, ਉੱਥੇ ਮਾਲਵਿੰਦਰ ਸਿੰਘ ਕੰਘ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਗਏ ਨੇ ਅਤੇ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਜੀ। ਮਾਲਵਿੰਦਰ ਕੰਘ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਹੈ ਜੀ, ਔਰ ਅਸੀਂ ਅਕਸਰ ਉਹਨਾਂ ਨੂੰ ਦੇਖਦੇ ਹਾਂ ਕਿ ਜਦੋਂ ਵੀ ਕੋਈ ਨੈਸ਼ਨਲ ਜਾਂ ਸਟੇਟ ਲੈਵਲ ਦਾ, ਪਾਰਟੀ ਲੈਵਲ ਦਾ ਵੱਡਾ ਮੁੱਦਾ ਰਾਜਨੀਤੀ ਬਣਦੀ ਉਹਦੀ, ਤਾਂ ਉਸ ਵਕਤ ਉਹ ਅਕਸਰ ਪ੍ਰੈਸ ਦੇ ਸਾਹਮਣੇ ਆਉਂਦੇ ਆ ਔਰ ਬੜੇ ਦਮਗਜ਼ੇ ਨਾਲ ਜਿਹੜੇ ਆ ਉਹ ਵਿਰੋਧੀ ਪਾਰਟੀਆਂ 'ਤੇ ਜਿਹੜੇ ਪੈਂਦੇ ਆ, ਭਾਵੇਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਘੇਰਦੀਆਂ ਨੇ ਜੀ। ਸੋ ਉਹਨਾਂ ਦਾ, ਕਿਉਂਕਿ ਉਹਨਾਂ ਨੇ ਪਹਿਲੀ ਚੋਣ ਲੜਨੀ ਹੈ, ਅਨੰਦਪੁਰ ਸਾਹਿਬ ਦਾ ਜਿਹੜਾ ਇਲਾਕਾ ਹੈ, ਇੱਕ ਲੰਮੀ ਬੈਲਟ ਹੈ ਇਹ ਸਾਡੇ ਪੁਆਧ ਦੇ ਇਲਾਕੇ ਦੀ, ਸੋ ਉੱਥੋਂ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਵੋਟਾਂ ਪੈਣੀਆਂ ਨੇ 1 ਜੂਨ ਨੂੰ ਜੀ, ਅਤੇ ਜਿਹੜੀ ਨੋਮੀਨੇਸ਼ਨ ਹੋਣੀ ਹੈ ਉਹ ਸ਼ੁਰੂ ਹੋਣੀ ਹੈ 7, ਪਹਿਲੀ ਨੋਟੀਫਿਕੇਸ਼ਨ ਹੋਣੀ ਹੈ 7 ਮਈ ਨੂੰ। ਸੋ ਕਹਿ ਸਕਦੇ ਹਾਂ ਕਿ 1 ਮਹੀਨਾ ਪਹਿਲਾਂ ਉਹਨਾਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ, ਔਰ 2 ਮਹੀਨੇ ਪ੍ਰਚਾਰ ਚਲਾਉਣਾ ਬੜਾ ਮੁਸ਼ਕਲ ਹੈ। ਇਹ ਪਾਰਟੀਆਂ ਨੇ ਵੀ ਸਵਾਲ ਉਠਾਏ ਸੀ ਕਿ ਸਾਡੇ ਲਈ 2 ਮਹੀਨੇ ਖਰਚਾ ਕਰਨਾ ਬੜਾ ਮੁਸ਼ਕਲ ਹੈ, ਕਿਉਂਕਿ ਚੋਣ ਕਮਿਸ਼ਨ ਦੇ ਖਰਚਿਆਂ ਦੇ ਮੁਤਾਬਕ ਜਿਹੜੇ ਨਿਰਧਾਰਿਤ ਖਰਚੇ ਆ ਉਹਨਾਂ ਮੁਤਾਬਕ ਜੇ 2 ਮਹੀਨੇ ਪ੍ਰਚਾਰ ਕਰਨਾ ਪੈ ਗਿਆ ਤਾਂ ਫਿਰ ਖਰਚਾ ਬਹੁਤ ਵੱਧ ਜਾਏਗਾ। ਖੈਰ, ਪਾਰਟੀ ਦੀਆਂ ਆਪਣੀਆਂ ਲਿਮਿਟੇਸ਼ਨ ਆ, ਉਹਨਾਂ ਨੇ ਕਿਉਂਕਿ ਦਾਅਵਾ ਕੀਤਾ ਆ ਕਿ 13-0 ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ 13 ਜਿੱਤਾਂਗੇ, ਸੋ ਜਿਉਂ ਜਿਉਂ ਅਨਾਊਂਸ ਹੁੰਦੇ ਜਾਣਗੇ ਕੈਂਡੀਡੇਟ ਉਹ ਹੌਲੀ ਹੌਲੀ ਕੰਪੇਨ ਸ਼ੁਰੂ ਕਰਨਗੇ, ਪਰ ਨੇੜੇ ਜਾ ਕੇ ਤੇਜ਼ੀ ਕਰਨਗੇ ਜਦੋਂ ਉਹਨਾਂ ਨੇ ਨਾਮਜ਼ਦਗੀਆਂ ਭਰ ਦਿੱਤੀਆਂ, ਕਿਉਂਕਿ 7 ਮਈ ਨੂੰ ਨੋਟੀਫਿਕੇਸ਼ਨ ਹੈ, 14 ਮਈ ਤੱਕ ਤੁਸੀਂ ਨਾਮਜ਼ਦਗੀਆਂ ਕਰ ਸਕਦੇ ਹੋ, 15 ਨੂੰ ਜਿਹੜੀ ਹੈ ਉਹ ਸਕਰੂਟਨੀ ਹੋਏਗੀ, ਔਰ 17 ਤਰੀਕ ਤੱਕ ਤੁਸੀਂ ਆਪਣੇ ਨਾਮ ਵਾਪਸ ਲੈ ਸਕੋਗੇ ਜੀ। ਜੀ, ਸੋ ਇੱਕ ਅਹਿਮ ਖਬਰ 'ਤੇ ਗੱਲਬਾਤ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਜੀ ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਸੀ, ਅਤੇ ਉਹ ਜਦੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਹਨੇ ਕਿਹਾ ਕਿ ਅਸੀਂ ਲੋਕ ਸਭਾ ਦਾ ਉਮੀਦਵਾਰ ਅਨਿਲ ਜੋਸ਼ੀ ਨੂੰ ਐਲਾਨਾਂਗੇ ਜੀ। ਦੇਖੋ,
ਇਸ ਵਾਰ ਦੀਆਂ ਚੋਣਾਂ ਬੜੀਆਂ ਦਿਲਚਸਪ ਹੈ ਕਿਉਂਕਿ ਇਸ ਵਾਰ ਮੁਕਾਬਲਾ ਜਿਹੜਾ ਉਹ ਘੱਟੋ ਘੱਟ ਨਹੀਂ ਤਾਂ ਚਾਰ ਕੋਣਾਂ ਤਾਂ ਹੋਏਗਾ ਹੀ ਹੋਏਗਾ ਕਿਉਂਕਿ ਅੱਗੇ ਸਿਰਫ ਦੋ ਪਹਿਲਵਾਨ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਚਾਰ ਕੋਨਾ ਮੁਕਾਬਲਾ ਇਸ ਵਾਰ ਹੋਣਾ ਹੈ 2024 ਦੀਆਂ ਚੋਣਾਂ ਵਿੱਚ ਔਰ ਕਈ ਥਾਵਾਂ ਦੇ ਉੱਤੇ 5-6 ਵੀ ਹੋਣਗੇ ਕੈਂਡੀਡੇਟ ਪਰ ਮੁੱਖ ਤੌਰ 'ਤੇ ਚਾਰ ਹੀ ਹੋਏਗਾ ਹੌਲੀ ਹੌਲੀ ਅਨਾਊਂਸਮੈਂਟ ਹੋ ਰਹੀਆਂ ਨੇ ਉੱਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਜਿਹੜਾ ਅੰਮ੍ਰਿਤਸਰ ਤੋਂ ਆਪਣੇ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਬੇਟੇ ਮਾਨ ਸਿੰਘ ਨੂੰ ਜਿਹੜੀ ਆ ਉਹ ਟਿਕਟ ਦੇ ਦਿੱਤੀ ਹੋਈ ਹੈ ਇਸੇ ਤਰ੍ਹਾਂ ਭਾਰਤੀ ਬਹੁਜਨ ਸਮਾਜ ਪਾਰਟੀ ਹੈ ਜਿਹੜੀ ਉਹ ਵੀ ਐਕਟਿਵ ਹੋ ਗਈ ਹੈ ਕਿਉਂਕਿ ਪਹਿਲਾਂ ਲੱਗਦਾ ਸੀ ਕਿ ਇਹਨਾਂ ਦੀ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਹੋ ਜਾਏਗਾ ਫਿਰ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਚੱਲਦਾ ਪਿਆ ਸੀ ਕਿ ਗੱਠਜੋੜ ਹੋ ਜਾਏਗਾ ਸ਼ਾਇਦ ਕੋਈ ਗੱਲ ਹੋ ਜਾਏਗੀ ਹਾਲੇ ਵੀ ਕਈ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਆਸਵੰਦ ਨੇ ਬਲਵਿੰਦਰ ਜੀ ਜੀ ਕਿ ਸ਼ਾਇਦ ਆਖਰੀ ਦਿਨਾਂ ਵਿੱਚ ਜਾ ਕੇ ਦੋਨਾਂ ਪਾਰਟੀਆਂ ਦੀ ਕੋਈ ਨਾ ਕੋਈ ਸਹਿਮਤੀ ਬਣ ਜਾਵੇ ਅਤੇ ਇਸ ਕਰਕੇ ਵੇਖ ਰਹੇ ਨੇ ਦੋਨੋਂ ਪਾਰਟੀਆਂ ਹਾਲੇ ਭਾਵੇਂ ਭਾਰਤੀ ਜਨਤਾ ਪਾਰਟੀ ਨੇ ਅਨਾਊਂਸ ਕਰ ਦਿੱਤੇ ਆ ਉਮੀਦਵਾਰ ਪਰ ਜਿੰਨਾ ਚਿਰ ਨਾਮਜ਼ਦਗੀਆਂ ਫਾਈਨਲ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਕਹਿ ਪਾਉਣਾ ਮੁਸ਼ਕਿਲ ਹੁੰਦਾ ਕਿ ਕਿਹੜੀ ਸੀਟ ਤੋਂ ਕਿਉਂਕਿ ਕਈ ਵਾਰੀ ਕੈਂਡੀਡੇਟ ਬਦਲ ਵੀ ਦਿੱਤੇ ਜਾਂਦੇ ਆ ਹੁਣ ਜਿਵੇਂ ਆਮ ਆਦਮੀ ਪਾਰਟੀ ਨੂੰ ਸਮੱਸਿਆ ਖੜੀ ਹੋ ਗਈ ਜਲੰਧਰ ਤੋਂ ਹਾਂਜੀ ਸੁਸ਼ੀਲ ਰਿੰਕੂ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਸੀਟ ਜਿੱਟ ਕੇ ਕਾਂਗਰਸ ਭਾਰਤੀ ਜਨਤਾ ਪਾਰਟੀ ਚਲੇ ਗਏ ਅਤੇ ਹੁਣ ਉਹਨਾਂ ਲਈ ਉੱਥੇ ਮੁਸ਼ਕਿਲ ਹੋ ਗਿਆ ਕਿ ਉੱਥੇ ਕਿਹੜਾ ਕੈਂਡੀਡੇਟ ਖੜਾ ਕੀਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਇਹ ਉਮੀਦ ਸੀ ਕਿ ਰਿੰਕੂ ਆਪਣੇ ਨਾਲ ਬਹੁਤ ਵੱਡੀ ਪੱਧਰ 'ਤੇ ਕਾਂਗਰਸ ਪਾਰਟੀ ਦੀਆਂ ਟਿਕਟਾਂ ਜਿਹੜੀਆਂ ਨੇ ਵੋਟਾਂ ਤੋੜ ਕੇ ਲਿਆਏ ਸੋ ਇਸ ਕਰਕੇ ਉਹਨਾਂ ਨੂੰ ਫਾਇਦਾ ਵੀ ਹੋਇਆ ਅਤੇ ਉਹਨਾਂ ਨੂੰ ਲੱਗਿਆ ਵੀ ਇਹ ਸੀਟ ਹੁਣ ਉਹ ਦੁਬਾਰੇ ਕੱਢ ਜਾਣਗੇ ਕਿਉਂਕਿ ਉਹ ਮਈ ਪਿਛਲੇ ਸਾਲ ਮਈ ਦੇ ਵਿੱਚ ਜਿੱਤੇ ਸੀਗੇ ਲੇਕਿਨ ਉਹ ਚਲੇ ਗਏ ਭਾਰਤੀ ਜਨਤਾ ਪਾਰਟੀ 'ਚ ਇਸ ਕਰਕੇ ਜਿੰਨਾ ਚਿਰ ਫਾਈਨਲ ਨਾਮਜ਼ਦਗੀਆਂ ਨਹੀਂ ਨਾ ਹੁੰਦੀਆਂ ਉਹਨਾਂ ਚਿਰ ਕੁਝ ਕਹਿਣਾ ਮੁਸ਼ਕਲ ਆ ਵੀ ਕਿਹੜਾ ਪਾਰਟੀ ਅੱਜ ਹੈਗਾ ਸਵੇਰੇ ਨਹੀਂ ਹੈਗਾ ਸ਼ਾਮ ਨੂੰ ਹੈਗਾ ਸ਼ਾਮ ਨੂੰ ਵਾਪਸ ਆ ਗਿਆ ਅਗਲੇ ਦਿਨ ਫਿਰ ਵਾਪਸ ਚਲਿਆ ਗਿਆ ਇਸੇ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜਲਾਲਾਬਾਦ ਤੋਂ ਗੋਲਡੀ ਹਾਂਜੀ ਉੱਥੇ MLA ਨੇ ਅਤੇ ਉਹ ਆਮ ਆਦਮੀ ਪਾਰਟੀ ਤੋਂ ਜਿੱਤੇ ਹਾਂਜੀ ਗੋਲਡੀ ਕੰਬੋਜ ਉਹਨਾਂ ਦੇ ਪਿਤਾ ਸੁਰਿੰਦਰ ਸਿੰਘ ਕੰਬੋਜ ਉਹਨਾਂ ਉਹ ਪਿਛਲੇ ਸਮੇਂ ਦੇ ਵਿੱਚ ਕੁਛ ਭ੍ਰਿਸ਼ਟਾਚਾਰ ਦੇ ਰਿਸ਼ਵਤ ਦੇ ਮਾਮਲੇ ਨੂੰ ਲੈ ਕੇ ਖਬਰਾਂ 'ਚ ਵੀ ਰਹੇ ਕਥਿਤ ਉਹਨਾਂ ਦੇ ਉੱਤੇ ਦੋਸ਼ ਲੱਗੇ ਉਹ ਹੁਣ ਬਹੁਜਨ ਸਮਾਜ ਪਾਰਟੀ 'ਚ ਦਾਖਲ ਹੋ ਗਏ ਅਤੇ ਉਹਨਾਂ ਨੂੰ ਬਹੁਜਨ ਸਮਾਜ ਪਾਰਟੀ ਨੇ ਫਿਰੋਜ਼ਪੁਰ ਤੋਂ ਐਲਾਨ ਦਿੱਤਾ ਸੋ ਸਥਿਤੀਆਂ ਜਿਹੜੀਆਂ ਨੇ ਉਹ ਜੇ ਤੁਸੀਂ ਵੇਖੋ ਤਾਂ ਇਸ ਵਾਰ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਨਵੀਂ ਦਿਲਚਸਪ ਖਬਰ ਡਰਾਮੇ ਵਰਗੀਆਂ ਖਬਰਾਂ ਜਿਹੜੀਆਂ ਰੋਜ਼ ਮਿਲਣਗੀਆਂ ਮੈਨੂੰ ਕੋਈ ਆਪਣੇ ਹੀ ਸਾਥੀ ਕਹਿ ਰਿਹਾ ਸੀ ਜੀ ਇੱਕ ਟੀਵੀ ਸੀਰੀਅਲ ਟੀਵੀ 'ਤੇ ਨਾ ਇੱਕ ਸੀਰੀਜ਼ ਆ ਰਹੀ ਹੈ OTT 'ਤੇ ਸਾਡੀ ਰਾਜਨੀਤਿਕ ਜਿਹੜੀ ਅਸਲੀਅਤ ਹੈ ਉਹਦੇ ਉੱਤੇ ਚੱਲ ਰਹੀ ਬੜੀ ਦਿਲਚਸਪ ਸਟੋਰੀ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਮੈਂ ਕਿਹਾ ਅੱਜ ਕੱਲ੍ਹ ਟੀਵੀ 'ਤੇ ਸੀਰੀਅਲ ਵੇਖਣ ਦੀ ਲੋੜ ਹੀ ਨਹੀਂ ਅੱਜ ਕੱਲ੍ਹ ਤਾਂ ਵੈਸੇ ਹੀ ਰੋਜ਼ ਸਟੋਰੀਆਂ ਕੋਈ ਨਾ ਕੋਈ ਨਵੀਆਂ ਆ ਜਾਂਦਾ ਰਿਐਲਿਟੀ ਸ਼ੋਅ ਬਣਿਆ ਹੋਇਆ ਸੋ ਲੋਕਾਂ ਦੀ ਕਾਫੀ ਮਨੋਰੰਜਨ ਸਾਡੀਆਂ ਅੱਜ ਕੱਲ੍ਹ ਪਾਰਟੀਆਂ ਜਿਹੜੀਆਂ ਨੇ ਉਹ ਕਰਦੀਆਂ ਪਈਆਂ ਨੇ ਜੀ ਬਲਵਿੰਦਰ ਜੀ ਜੀ ਸੋ ਦੂਜੇ ਪਾਸੇ ਇੱਕ ਪ੍ਰੀਖਿਆ ਦੇ ਵਿੱਚ ਬੱਚਿਆਂ ਤੋਂ ਕੜੇ ਲਹਾ ਲਏ ਗਏ ਸੀ ਜਿਹਦੇ ਚੱਲਦੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਨੋਟਿਸ ਲੈ ਗਏ ਅਤੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਜੀ ਇਹ ਘਟਨਾ ਇਸ ਤਰ੍ਹਾਂ ਦੀ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ 2 ਸਾਲ ਪਹਿਲਾਂ ਵੀ ਕੋਵਿਡ ਦੇ ਦੌਰਾਨ ਵੀ ਜਿਹੜੀ ਆ ਉਹ ਵਾਪਰੀ ਸੀਗੀ ਔਰ ਉਹ ਵੀ ਅੰਮ੍ਰਿਤਸਰ ਦੀ ਘਟਨਾ ਸੀਗੀ ਅਤੇ ਇਹ ਘਟਨਾ ਜਿਹੜੀ ਆ ਇਹ ਮੋਹਾਲੀ ਦੀ ਆ ਕਿਉਂਕਿ ਜਿਹੜੇ
ਧਰਮ ਕੋਈ ਵੀ ਹੈ ਉਹਦੇ ਲਈ ਕੁਛ ਖੁੱਲ੍ਹਾਂ ਹੈਗੀਆਂ ਨੇ, ਜਿਵੇਂ ਸਿੱਖ ਧਰਮ ਦੇ ਵਿੱਚ ਤੁਸੀਂ ਦਸਤਾਰ ਬੰਨ੍ਹ ਸਕਦੇ ਹੋ, ਆਪਣੇ ਕਕਾਰ ਜਿਹੜੇ ਹੈ ਕੰਘਾ ਕੜਾ ਇਹ ਪਾ ਸਕਦੇ ਹੋ, ਕਿਰਪਾਨ ਪਾ ਸਕਦੇ ਹੋ, ਖਾਸ ਕਿਸਮ ਦੀ ਨਿਰਧਾਰਿਤ ਸਾਈਜ਼ 'ਤੇ ਕਿਰਪਾਨ ਹੈਗੀ ਆ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਬਲਵਿੰਦਰ ਜੀ ਘਟਨਾ ਵਾਪਰਨੀ ਜੀ ਕਿ ਕਿਸੇ ਸਿੱਖ ਲੜਕੇ ਨੂੰ ਇਹ ਕਹਿਣਾ ਕਿ ਤੁਸੀਂ ਕੜਾ ਉਤਾਰ ਦਿਓ, ਉਹ ਸੱਚਮੁੱਚ ਜਿਹੜਾ ਉਹ ਧਾਰਮਿਕ ਭਾਵਾਂ ਨੂੰ ਭਾਵਨਾਵਾਂ ਨੂੰ, ਕਿਉਂਕਿ ਬੱਚੇ ਯੰਗ ਉਮਰ ਵਾਲੇ ਬੱਚੇ ਅਸੀਂ ਦੇਖਿਆ ਕਿ ਬਹੁਤ ਸਾਰੇ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਆ, ਪਰ ਜਿਨ੍ਹਾਂ ਬੱਚਿਆਂ ਨਾਲ ਇਹੋ ਜਿਹੀ ਘਟਨਾ ਹੁੰਦੀ ਹੈ ਉਹਨਾਂ ਕਰਕੇ ਦੂਸਰੇ ਬੱਚੇ ਵੀ ਜਿਹੜੇ ਆ ਡਿਸਹਾਰਟਡ ਹੁੰਦੇ ਆ, ਔਰ ਇਹਦੇ ਲਈ ਨੁਕਸਾਨ ਜਿਹੜਾ ਉਹ ਪੂਰੀ ਕਮਿਊਨਿਟੀ ਨੂੰ ਹੁੰਦਾ। ਸੋ ਇਹ ਘਟਨਾ ਜਿਹੜੀ ਵਾਪਰੀ ਹੈ, ਹੈਰਾਨੀ ਦੀ ਤਾਂ ਗੱਲ ਇਹ ਹੈ ਕਿ ਕੀ ਜਿਹੜੇ ਉਸ ਉਹ ਸੁਪਰਡੈਂਟ ਨੇ, ਔਰਗੇਨਾਈਜ਼ਰਸ ਨੇ ਜੇਈ ਐਂਟਰੈਂਸ ਮੇਨ ਦੇ, ਕੀ ਉਹਨਾਂ ਨੂੰ ਪਤਾ ਨਹੀਂ ਕਿ ਉਹ ਪੰਜਾਬ ਦੇ ਵਿੱਚ ਜਦੋਂ ਬੱਚੇ ਆਉਂਦੇ ਉਹਨਾਂ ਕੋਲ ਤਾਂ ਉਹਨਾਂ ਦੀਆਂ ਕੀ ਰਿਕੁਆਇਰਮੈਂਟਸ ਨੇ ਜੀ। ਔਰ ਇਹੋ ਜਿਹੀਆਂ ਘਟਨਾਵਾਂ ਇੱਕ ਨਹੀਂ ਕਈ ਵਾਪਰ ਚੁੱਕੀਆਂ, ਔਰ ਜਿੱਥੇ ਫਿਰ ਮੈਨੇਜਮੈਂਟ ਵਾਲਿਆਂ ਨੇ ਮਾਫੀਆਂ ਮੰਗ ਕੇ ਆਪਣੇ ਆਪ ਨੂੰ ਬੜਾ ਬਰੀ ਕੀਤਾ ਹੁੰਦਾ। ਸੋ ਇਸ ਤਰ੍ਹਾਂ ਦੀ ਘਟਨਾ, ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਹ ਘਟਨਾ ਦੇ ਉੱਤੇ ਸੰਗਿਆਨ ਲੈਣਾ, ਨੋਟਿਸ ਲੈਣਾ ਬਹੁਤ ਜ਼ਰੂਰੀ ਹੈ। ਧਾਮੀ ਸਾਹਿਬ ਨੇ ਇਸ ਗੱਲ ਦਾ ਜਿਹੜਾ ਉਹ ਨੋਟਿਸ ਵੀ ਲਿਆ ਹੋਇਆ, ਹੋਣਾ ਵੀ ਚਾਹੀਦਾ, ਕਿਉਂਕਿ ਅਗਰ ਸਿੱਖਾਂ ਦੇ ਨਾਲ, ਇਕੱਲਾ ਸਿੱਖਾਂ ਦੇ ਨਾਲ ਹੀ ਨਹੀਂ, ਚਾਹੇ ਉਹ ਹਿੰਦੂ ਹੋਣ, ਮੁਸਲਮਾਨ, ਈਸਾਈ ਹੋਵੇ, ਜਿਹੜੇ ਉਹਨਾਂ ਦੇ ਧਰਮ ਦੇ ਆਪਣੇ ਅਕੀਦੇ ਨੇ, ਜਿਹੜੇ ਨਿਸ਼ਾਨ ਨੇ, ਅਗਰ ਉਹਨਾਂ ਨਾਲ ਇਸ ਕਿਸਮ ਦੀ ਕਿਤੇ ਬੇਅਦਬੀ ਹੁੰਦੀ ਹੈ ਜਾਂ ਇਸ ਕਿਸਮ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਹੁਣ ਜਿਵੇਂ ਉਹਨੂੰ ਕਹਿ ਦਿੱਤਾ ਗਿਆ ਕਿ ਇਹਦੇ ਉੱਤੇ ਟੇਪ ਬੰਨ੍ਹ ਲਓ ਜੀ, ਤੁਸੀਂ ਪੰਜਾਬ ਦੀ ਕੋਈ ਘਟਨਾ ਇਹੋ ਜਿਹੀ ਦਿਖਾਓ ਕਿ ਜਿੱਥੇ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਕਦੇ ਕਿਸੇ ਸਿੱਖ ਵਿਦਿਆਰਥੀ ਨੇ ਕਿਰਪਾਨ ਕੱਢੀ ਹੋਵੇ, ਕੜੇ ਨੂੰ ਹਥਿਆਰ ਦੇ ਤੌਰ 'ਤੇ ਵਰਤਿਆ ਹੋਵੇ, ਅੱਜ ਤੱਕ ਕਦੇ ਕੋਈ ਘਟਨਾ ਨਹੀਂ ਵਾਪਰੀ ਇਹੋ ਜੀ। ਕੋਈ ਘਟਨਾ ਤੁਸੀਂ ਕਹਿ ਦਿਓ ਜੀ ਫਲਾਣੇ ਥਾਂ 'ਤੇ ਵਾਪਰੀ ਹੈ ਜੀ, ਇੱਕ ਆਸਟ੍ਰੇਲੀਆ 'ਚ ਵਾਪਰੀ ਸੀ ਜੀ, ਲੇਕਿਨ ਉੱਥੇ ਉਹ ਬੱਚੇ ਦੀ ਮਾਨਸਿਕ ਸਥਿਤੀ ਕੁਝ ਹੋਰ ਸੀਗੀ, ਉਹਦੇ ਕੋਲ ਕੁਛ ਵੀ ਹੁੰਦਾ ਉਹ ਵਰਤ ਸਕਦਾ ਸੀਗਾ, ਲੇਕਿਨ ਇਸ ਤਰ੍ਹਾਂ ਦੀ ਘਟਨਾ ਅੱਜ ਤੱਕ ਕਦੇ ਨਹੀਂ ਹੋਈ ਕਿ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਕਿਸੇ ਵੀ ਧਰਮ ਦੇ ਵਿਦਿਆਰਥੀ ਨੇ ਆਪਣੇ ਧਾਰਮਿਕ ਨਿਸ਼ਾਨ ਦੇ ਨਾਲ ਦੂਸਰੇ 'ਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੋਵੇ ਜੀ ਜੀ। ਸੋ ਲੋਕ ਸਭਾ ਚੋਣਾਂ ਲੈ ਕੇ ਜਿੱਥੇ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੀਆਂ ਨੇ, ਉੱਥੇ ਇਹ ਪਾਰਟੀਆਂ ਨੇ ਹੁੰਦਾ ਵੀ ਅਸੀਂ ਲੋਕਾਂ ਨਾਲ ਵਾਅਦੇ ਕਰੀਏ ਤਾਂ ਜੋ ਸਾਨੂੰ ਵੋਟਾਂ ਪੈ ਸਕਣ ਅਤੇ ਸੱਤਾ ਦੇ ਵਿੱਚ ਆ ਸਕੇ, ਉੱਥੇ ਹੁਣ ਭਾਜਪਾ ਆਪਣਾ ਚੋਣ ਮੈਨੀਫੈਸਟੋ ਉਹ ਜਲਦੀ ਐਲਾਨ ਸਕਦੀ ਹੈ ਜੀ। ਦੇਖੋ ਜਿਹੜੇ ਚੋਣ ਮੈਨੀਫੈਸਟੋ ਹੈ ਇਹਨਾਂ ਦੇ ਉੱਤੇ ਬੜੇ ਸਵਾਲ ਖੜ੍ਹੇ ਹੁੰਦੇ ਆ ਜੀ ਵਰਿੰਦਰ ਜੀ, ਚੋਣ ਮੈਨੀਫੈਸਟੋ ਇੰਨੇ ਲੰਮੇ ਹੁੰਦੇ ਆ ਕਿ ਤੁਸੀਂ ਉਹਨਾਂ ਨੂੰ ਜੇ ਪੜ੍ਹਨ ਬੈਠੋ, ਹੁਣ ਕਾਂਗਰਸ ਪਾਰਟੀ ਨੇ ਇਸ਼ੂ ਕੀਤਾ ਉਹ ਕੋਈ 40 ਪੇਜਾਂ ਦਾ, ਆਮ ਬੰਦਾ ਨਹੀਂ ਉਹਨੂੰ ਪੜ੍ਹਦਾ, ਪ੍ਰੈਸ ਵਾਲੇ ਪੜ੍ਹਦੇ ਆ ਜਾਂ ਲੀਡਰ ਪੜ੍ਹਦੇ ਆ, ਅਤੇ ਲੀਡਰ ਵੀ ਸਾਰੇ ਨਹੀਂ ਪੜ੍ਹਦੇ, ਉਹਨਾਂ ਨੂੰ ਉਹਦਾ ਜਿਹੜਾ ਇੱਕ ਸਾਰਾਂਸ਼ ਜਿਹੜਾ ਬਰੀਫ ਕਰਕੇ ਦੇ ਦਿੱਤਾ ਜਾਂਦਾ ਜੀ, ਔਰ ਬਾਅਦ 'ਚ ਪਤਾ ਲੱਗਦਾ ਜਦੋਂ ਤੁਸੀਂ ਪੜ੍ਹਦੇ ਹੋ ਮੈਨੀਫੈਸਟੋਜ਼ ਨੂੰ ਕਿ ਮੈਨੀਫੈਸਟੋ ਵਿੱਚ ਕੀ ਲਿਖਿਆ ਹੋਇਆ। ਜਿਹੜੇ ਜਾਗਰਿਤ ਲੋਕ ਨੇ ਉਹਨਾਂ ਨੂੰ ਚਾਹੀਦਾ ਕਿ ਹਰ ਪਾਰਟੀ ਦਾ ਮੈਨੀਫੈਸਟੋ ਪੜ੍ਹਨ, ਖਾਸ ਤੌਰ 'ਤੇ ਜਿਹੜੀਆਂ ਪਾਰਟੀਆਂ ਦਾਅਵਾ ਕਰਦੀਆਂ ਨੇ ਕਿ ਅਸੀਂ ਪਾਰਟੀ ਸੱਤਾ ਦੇ ਵਿੱਚ ਆ ਰਹੇ ਹਾਂ, ਕਿਉਂਕਿ ਮੈਨੀਫੈਸਟੋ ਇੱਕ ਪਾਰਟੀ ਵੱਲੋਂ ਤੁਹਾਡੇ ਕੋਲ ਆਉਣ ਲਈ, ਤੁਹਾਡੀ ਵੋਟ ਲੈਣ ਲਈ ਇੱਕ ਵਾਅਦਾ ਹੁੰਦਾ ਜਿਹਨੂੰ ਅੱਜ ਕੱਲ੍ਹ ਗਰੰਟੀਆਂ ਦਾ ਨਾਂ ਦੇ ਦਿੱਤਾ ਗਿਆ। ਗਰੰਟੀਆਂ ਲੈ ਕੇ ਆਇਆ ਸੀ ਆਮ ਆਦਮੀ ਪਾਰਟੀ ਵਾਲੇ, ਅਤੇ ਇਹ ਗਰੰਟੀਆਂ ਹੁਣ ਉਹ ਸ਼ਬਦ ਜਿਹੜਾ ਉਹ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਲੈ ਗਏ ਆ, ਕਿਉਂਕਿ ਉਹਨਾਂ ਨੇ ਗਰੰਟੀ ਸ਼ਬਦ ਇੰਨਾ ਵਰਤਣਾ ਸ਼ੁਰੂ ਕਰ ਦਿੱਤਾ ਕਿ ਲੋਕਾਂ ਨੂੰ ਭੁੱਲ ਗਿਆ ਕਿ ਗਰੰਟੀਆਂ ਕੇਜਰੀਵਾਲ ਹੋਣੀ ਦਿੰਦੇ ਸੀਗੇ, ਔਰ ਹੁਣ ਜਿਹੜਾ ਆਮ ਆਦਮੀ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਆਊਗਾ ਉਹਦੇ ਵਿੱਚ ਤਾਂ ਗਰੰਟੀਆਂ ਦੀ ਗੱਲ ਹੋਊਗੀ ਹੋਊਗੀ,
ਕਾਂਗਰਸ ਪਾਰਟੀ ਨੇ ਜਿਹੜਾ ਮੈਨੀਫੈਸਟੋ ਜਾਰੀ ਕੀਤਾ 2 ਦਿਨ ਪਹਿਲਾਂ, ਉਹਦੇ ਵਿੱਚ ਵੀ ਗਰੰਟੀਆਂ ਦੀ ਗੱਲ ਹੋ ਗਈ ਹੈ। ਸੋ ਇਹ ਲੱਗਦਾ ਕਿ ਇੱਕ ਦੂਜੇ ਤੋਂ ਏਜੰਡੇ ਜਿਹੜੇ ਆ, ਸ਼ਬਦ ਜਿਹੜੇ ਆ, ਉਹ ਲਏ ਜਾ ਰਹੇ ਹੈਗੇ ਆ। ਔਰ ਮੋਦੀ ਜੀ ਦਾ ਤਾਂ ਜੇ ਮੋਦੀ ਕੀ ਗਰੰਟੀ ਹੈ, ਇਹ ਸ਼ਬਦ ਨੇ ਬਾਕੀ ਪਾਰਟੀਆਂ ਦੀਆਂ ਗਰੰਟੀਆਂ ਦਾ ਸ਼ਬਦ ਜਿਹੜਾ ਉਹ ਖੋਲਿਆ ਹੋਇਆ। ਲੇਕਿਨ ਮੈਨੀਫੈਸਟੋ ਜਿਹੜੇ ਆ, ਇਹਦਾ ਬੜੀ ਵਾਰੀ ਬਲਵਿੰਦਰ ਜੀ ਇਹ ਸਵਾਲ ਉੱਠਿਆ ਕਿ ਪਾਰਟੀਆਂ ਵਾਅਦੇ ਤਾਂ ਕਰ ਦਿੰਦੀਆਂ ਨੇ ਜੀ, ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਪੂਰੇ ਨਹੀਂ ਕਰਦੀਆਂ, ਕਿਉਂਕਿ ਮੈਨੀਫੈਸਟੋ ਦੇ ਵਿੱਚ ਜੋ ਕੁਝ ਲਿਖਿਆ ਹੁੰਦਾ ਉਹ ਲਾਗੂ ਨਹੀਂ ਹੁੰਦਾ। ਬੜੇ ਵਾਰ ਇਹ ਗੱਲ ਉੱਠੀ ਕਿ ਇਹਨੂੰ ਜਿਹੜਾ ਉਹ ਇੱਕ ਸੰਵਿਧਾਨਿਕ ਡਾਕੂਮੈਂਟ ਬਣਾ ਦਿੱਤਾ ਜਾਵੇ, ਇਹਦੇ ਲਈ ਕਾਨੂੰਨ ਬਣੂੰਗਾ, ਕਾਨੂੰਨ ਦੇ ਲਈ ਕਮੇਟੀ ਬਣੂੰਗੀ, ਪਤਾ ਨਹੀਂ ਕਦੋਂ ਬਣਦਾ। ਪਰ ਪਾਰਟੀਆਂ ਕਿਉਂ ਨਹੀਂ ਆਪਣੇ ਆਪ ਨੂੰ ਇਸ ਮੈਨੀਫੈਸਟੋ ਨੂੰ ਨੈਤਿਕ ਤੌਰ 'ਤੇ ਮੰਨਦੀਆਂ ਕਿ ਸਾਡਾ ਇਹ ਸੰਵਿਧਾਨਿਕ ਡਾਕੂਮੈਂਟ ਅਸੀਂ ਮੰਨਦੀਆਂ, ਅਸੀਂ ਇਹਦੀ ਇੱਕ ਇੱਕ ਚੀਜ਼ ਲਾਗੂ ਕਰਾਂਗੇ। ਪਾਰਟੀਆਂ ਤਾਂ ਦੱਸ ਦਿੰਦੀਆਂ ਨੇ ਜਿਹੜੀਆਂ ਸੱਤਾ 'ਚ ਹੁੰਦੀਆਂ ਨੇ ਕਿ ਅਸੀਂ ਕੀ ਕੁਝ ਕੀਤਾ ਕੀ ਕੁਝ ਕੀਤਾ, ਹਮੇਸ਼ਾ ਹਰ ਸਾਰੀਆਂ ਪਾਰਟੀਆਂ ਕਹਿਣਗੀਆਂ। ਪਰ ਬਿੱਟੂ ਜੀ, ਕਦੇ ਕੋਈ ਪਾਰਟੀ ਐਂਡ 'ਚ ਜਾ ਕੇ ਇਹ ਅਨਾਊਂਸ ਨਹੀਂ ਕਰਦੀ, ਲੋਕਾਂ ਨੂੰ ਨਹੀਂ ਦੱਸਦੀ ਕਿ ਅਸੀਂ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਸੀ ਜੀ, ਉਹਨਾਂ 'ਚੋਂ ਆ ਨਹੀਂ ਕਰ ਸਕੇ, ਕਦੇ ਕੋਈ ਪਾਰਟੀ ਨਹੀਂ ਦੱਸਦੀ, ਕਿਉਂਕਿ ਉਹਦੇ ਨਾਲ ਉਹਨਾਂ ਨੂੰ ਇਹ ਆ ਵੀ ਫਿਰ ਲੋਕ ਸਵਾਲ ਪੁੱਛਣਗੇ। ਸੋ ਇਸ ਕਰਕੇ ਮੈਨੀਫੈਸਟੋ ਜਿਹੜੇ ਆ ਪਾਰਟੀਆਂ ਦੇ ਲੋਕਾਂ ਨੂੰ ਪੜ੍ਹਨੇ ਚਾਹੀਦੇ ਆ, ਔਰ ਉਹਨਾਂ 'ਤੇ ਸਵਾਲ ਕਰਨੇ ਚਾਹੀਦੇ ਆ ਕਿ ਨਵਾਂ ਮੈਨੀਫੈਸਟੋ ਤਾਂ ਤੁਸੀਂ ਲਿਆ ਰਹੇ ਹੋ, ਪੁਰਾਣੇ 'ਚ ਆਹ ਗੱਲ ਕੀਤੀ ਸੀ, ਤੁਸੀਂ ਇਹ ਕਿਉਂ ਨਹੀਂ ਪੂਰੀ ਕੀਤੀ, ਅਤੇ ਨਵੇਂ ਦੀ ਤੁਸੀਂ ਕੀ ਗਰੰਟੀ ਦਿੰਦੇ ਹੋ ਕਿ ਤੁਸੀਂ ਜਿਹੜੀ ਆ ਉਹ ਲਓਗੇ। ਸੋ ਅਗਲੇ ਦਿਨਾਂ ਵਿੱਚ ਕਈ ਪਾਰਟੀਆਂ ਕੱਢਣਗੀਆਂ ਮੈਨੀਫੈਸਟੋ, ਆਮ ਆਦਮੀ ਪਾਰਟੀ ਵੀ ਕੱਢੇਗੀ, ਸ਼੍ਰੋਮਣੀ ਅਕਾਲੀ ਦਲ ਵੀ ਜਲਦੀ ਲੈ ਕੇ ਆ ਰਹੀ ਹੈ, ਕਮੇਟੀ ਬਣ ਗਈ ਹੋਈ ਹੈ ਜੀ ਜੀ ਵੇਖਦੇ ਹਾਂ ਕਿ ਮੈਨੀਫੈਸਟੋ ਦੇ ਵਿੱਚ ਕੀ ਆਉਂਦਾ ਭਾਰਤੀ ਜਨਤਾ ਪਾਰਟੀ ਦੇ ਜੀ। ਸੋ ਜੇ ਪਾਸੇ ਸੁਖਪਾਲ ਸਿੰਘ ਖਹਿਰਾ ਵੱਲੋਂ ਮਨੀ ਗੈਰ ਕਾਨੂੰਨੀ ਮੈਨੂ ਲੈ ਕੇ ਕਈ ਸਵਾਲ ਖੜੇ ਕੀਤੇ ਗਏ ਨੇ ਸਰਕਾਰ ਦੇ ਉੱਤੇ ਜੀ। ਦੇਖੋ, ਸਰਕਾਰਾਂ 'ਤੇ ਇਸ ਤਰ੍ਹਾਂ ਦੇ ਪਹਿਲਾਂ ਸਵਾਲ ਬੜੇ ਹੋ ਚੁੱਕੇ ਹੋਏ ਆ, ਆਮ ਆਦਮੀ ਪਾਰਟੀ ਦੇ ਉੱਤੇ ਵੀ। ਔਰ ਜਿਹੜੀ ਪਾਰਟੀ ਇਹ ਗੱਲ ਦਾਅਵੇ ਨਾਲ ਕਹਿ ਕੇ ਆਈ ਸੀ ਮਾਈਨਿੰਗ ਤੋਂ ਜਿਹੜਾ 40,000 ਕਰੋੜ ਰੁਪਇਆ ਕਮਾ ਲੈਣਾ, ਸ਼ਰਾਬ ਪਾਲਿਸੀ ਤੋਂ ਕਮਾ ਲੈਣਾ, ਕਾਰਪੋਰੇਸ਼ਨ ਬਣਾਈ ਜਾਏਗੀ, ਉਹਦੇ ਉੱਤੇ ਸਵਾਲ ਉੱਠਣੇ ਜਿਹੜੇ ਜ਼ਰੂਰੀ ਹੈ। ਔਰ ਇਹ ਵੀ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਮਾਈਨਿੰਗ ਜਿਹੜੀ ਹੈ ਉਹਦੇ ਉੱਤੇ ਬੜੇ ਸਵਾਲ ਉੱਠੇ ਆ। ਲੋਕਾਂ ਨੇ ਇਹ ਵੀ ਕਿਹਾ ਕਿ ਸਰਕਾਰ ਜਿੰਨਾ 5 ਰੁਪਏ ਸਕੁਏਅਰ ਫਿੱਟ ਦੀ ਗੱਲ ਕਰਦੀ ਸੀ, ਉਸ ਤੋਂ ਜ਼ਿਆਦਾ ਮਹਿੰਗਾ ਮਿਲਣਾ ਸ਼ੁਰੂ ਹੋ ਗਿਆ ਰੇਤਾ ਜਿਹੜਾ, ਔਰ ਕਈ ਥਾਵਾਂ 'ਤੇ ਮਾਈਨਿੰਗ ਹੋ ਰਹੀ ਹੈ। ਔਰ ਮਾਈਨਿੰਗ ਜਿਹੜੀ ਆ ਨਜਾਇਜ਼ ਮਾਈਨਿੰਗ ਹੈ ਬਿੱਟੂ ਜੀ, ਇਹ ਰੁਕ ਨਹੀਂ ਸਕਦੀ, ਕਿਉਂਕਿ ਇਹਦੇ ਵਿੱਚ ਜਿਹੜਾ ਇੱਕ ਲੋਕਤੰਤਰ ਬਣਿਆ ਹੋਇਆ ਮਾਈਨਿੰਗ ਮਾਫੀਆ ਦਾ, ਉਹ ਬੜੇ ਵੱਡੇ ਪੱਧਰ 'ਤੇ ਕੰਮ ਕਰਦਾ। ਆ ਤੁਸੀਂ ਦੇਖੋ, ਸਾਡੇ ਨਾਲ ਹੀ ਹਰਿਆਣਾ ਮਹਿੰਦਰਗੜ੍ਹ ਦਾ ਇੱਕ SDM ਸੀ, 28 ਤਰੀਕ ਰਾਤ ਨੂੰ ਮਾਈਨਿੰਗ ਚੈੱਕ ਕਰਨ ਗਏ ਸੀਗੇ ਉੱਥੇ ਟੋਕਾ ਸਾਹਿਬ ਗੁਰਦੁਆਰਾ ਸਾਹਿਬ ਆ ਮਹਿੰਦਰਗੜ੍ਹ ਦੇ ਵਿੱਚ, ਉੱਥੇ ਉਹ ਰਾਤ ਨੂੰ ਉਹਨਾਂ ਨੂੰ ਸ਼ਿਕਾਇਤ ਮਿਲੀ ਕਿ ਉੱਥੇ ਨਜਾਇਜ਼ ਮਾਈਨਿੰਗ ਹੋਣ ਡਈ ਆ। ਸੋ ਉਹ ਰਾਤ ਨੂੰ ਗਏ ਚੈਕਿੰਗ ਕਰਨ, ਤਾਂ ਜਦੋਂ ਮੁੜਨ ਲੱਗੇ ਤਾਂ ਉਹਦੇ ਪਿੱਛੇ ਮਾਈਨਿੰਗ ਮਾਫੀਆ ਵਾਲਿਆਂ ਨੇ ਗੱਡੀਆਂ ਲਾ ਦਿੱਤੀਆਂ। ਤਾਂ ਉਹ ਕੁਛ ਥਾਵਾਂ 'ਤੇ ਵੀ ਪਤਾ ਲੱਗਿਆ ਕਿ ਉਹਨਾਂ ਨੂੰ ਉਹਨਾਂ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਜੀ। ਸੋ ਮਾਫੀਆ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ, ਇਹਨਾਂ ਦੀ ਇੰਨੀ ਹਿੰਮਤ ਵੱਧ ਗਈ ਹੋਈ ਆ ਕਿ ਇਹ ਸਾਡੀ ਸਰਕਾਰੀ ਮਸ਼ੀਨਰੀ ਨੂੰ ਵੀ ਚੈਲੰਜ ਕਰਦੇ ਆ, ਔਰ ਜਾਨ ਨੂੰ ਖਤਰਾ ਆਉਂਦਾ। ਔਰ ਇਸ ਤੋਂ ਪਹਿਲਾਂ ਤੁਸੀਂ ਵੇਖ ਚੁੱਕੇ ਹੋਏ ਹੋ ਕਿ ਬਿਹਾਰ ਦੇ ਵਿੱਚ ਵੀ ਘਟਨਾ ਵਾਪਰ ਚੁੱਕੀ ਹੋਈ ਹੈ, ਇੱਕ ACP ਦੇ ਉੱਤੇ ਜਿਹੜੀ ਆ ਉਹ ਗੱਡੀ ਚੜ੍ਹਾ ਦਿੱਤੀ ਗਈ ਸੀ ਜੀ ਜੀ। ਸੋ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਲੜਾਈਆਂ ਹੁੰਦੀਆਂ ਨੇ, ਤੁਸੀਂ ਬਾਕੀ ਥਾਵਾਂ ਵੀ ਵੇਖਦੇ ਹੋਵੋਗੇ। ਸੋ ਇਹ ਜਿੱਥੇ ਕਿਤੇ ਵੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਾਂ ਜਿੱਥੇ ਕਿਤੇ ਵੀ ਹੋਰ ਨਜਾਇਜ਼ ਕੰਮ ਹੋ ਰਿਹਾ, ਕਿਤੇ ਵੀ ਹੋ ਰਿਹਾ ਹੋਣਾ,
ਉਹਨਾਂ ਨੂੰ ਰੋਕਣ ਦੀ ਲੋੜ ਹੈ। ਔਰ ਇਸ ਟਾਈਮ ਕਿਉਂਕਿ ਚੋਣਾਂ ਆ ਰਹੀਆਂ ਨੇ, ਚੋਣਾਂ ਦੇ ਵਿੱਚ ਸਵਾਲ ਵੀ ਉੱਠਣਗੇ, ਬਾਅਦ 'ਚ ਵੀ ਹੋਈ ਗੱਲ, ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਹੈ ਇਹਨਾਂ ਦਾ ਵੀ ਹੱਥ ਹੈ ਮਾਈਨਿੰਗ ਦੇ ਨਾਲ ਜੀ, ਸ਼ਰਾਬ ਮਾਫੀਏ ਦੇ ਨਾਲ, ਨਸ਼ਿਆਂ ਦੇ ਵਿੱਚ, ਲੁੱਟ ਲੁਟਾਈਆਂ ਦੇ ਵਿੱਚ, ਆ ਰੈਨਸਮ ਕਾਲਜ਼ ਆਉਂਦੀਆਂ ਨੇ ਐਕਸਟੋਰਸ਼ਨ ਦੀਆਂ, ਇਹਦੇ ਵਿੱਚ ਵੀ। ਸੋ ਸਮਾਜ ਲਈ ਇਹ ਬਹੁਤ ਵੱਡਾ ਕਲੰਕ ਹੈ। ਇੱਕ ਆਮ ਬੰਦੇ ਦਾ ਜਿਉਣਾ, ਇੱਕ ਆਮ ਬੰਦੇ ਦਾ ਵਪਾਰੀ ਦਾ ਵਪਾਰ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ, ਘਰੋਂ ਨਿਕਲਣਾ ਬਾਹਰ ਹੁੰਦਾ ਜਾ ਰਿਹਾ, ਜਿਹੜੇ ਹਿਸਾਬ ਨਾਲ ਲੁੱਟਾਂ ਅਤੇ ਖੂਹਾਂ ਹੋ ਰਹੀਆਂ ਨੇ ਜੀ, ਉਸ ਹਿਸਾਬ ਨਾਲ ਡਰ ਲੱਗਣ ਲੱਗ ਪੈਂਦਾ ਕਿ ਆਉਣ ਵਾਲੇ ਸਮੇਂ ਵਿੱਚ ਜੇ ਇਹ ਮਾਫੀਏ ਇਸ ਤਰ੍ਹਾਂ ਹੀ ਵੱਧਦੇ ਰਹੇ, ਇਕੱਲੇ ਪੰਜਾਬ ਦੀ ਗੱਲ ਨਹੀਂ ਹੈਗੀ, ਯੂਪੀ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਇਹਨਾਂ ਸਾਰੇ ਸੂਬਿਆਂ ਦੇ ਵਿੱਚ ਇਹ ਕੁਝ ਲੋਕ ਜਿਹੜੇ ਆ ਜਿਹਨੂੰ ਕਹਿ ਸਕਦੇ ਆ ਕਿ ਐਂਟੀ ਨੈਸ਼ਨਲ, ਐਂਟੀ ਸੁਸਾਇਟੀ ਦੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ, ਉਹ ਮਾਹੌਲ ਖਰਾਬ ਕਰਦੇ ਨੇ। ਸਰਕਾਰਾਂ ਨੂੰ ਰਾਜਨੀਤੀਆਂ ਕਰਨੀਆਂ ਚਾਹੀਦੀਆਂ ਨੇ, ਪਰ ਲੋਕਾਂ ਦੀ ਜ਼ਿੰਦਗੀ ਨੂੰ ਸੁਖੀ ਬਣਾਉਣ ਵਾਸਤੇ, ਸ਼ਾਂਤੀ ਵਾਸਤੇ, ਲਾ ਐਂਡ ਆਰਡਰ ਵਾਸਤੇ ਬਹੁਤ ਵੱਡੇ ਪੱਧਰ 'ਤੇ ਅਤੇ ਗੰਭੀਰਤਾ ਨਾਲ ਸੋਚਣ ਦੀ ਜਿਹੜੀ ਆ ਉਹ ਲੋੜ ਹੈਗੀ ਆ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ, ਵੜੈਸ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਪ੍ਰੋਗਰਾਮ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ, ਧੰਨਵਾਦ।